ਹਾਂਜੀ ਸਟੂਡੈਂਟਸ ਅੱਜ ਅਸੀਂ ਨਵਾਂ ਟੌਪਿਕ ਕਰਾਂਗੇ ਕੁਆਰਟਾਈਲ ਤਾਂ ਕੁਆਰਟਾਈਲ ਦਾ मीनिंग ਡੈਫੀਨੇਸ਼ਨ ਵਗੈਰਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਇਸ ਦੀਆਂ ਟਾਈਪਸ ਵੀ ਕੀਤੀਆਂ ਨੇ ਅਸੀਂ ਪਰ ਅੱਜ ਨੰਮਰਿਕਲ ਪੋਰਸ਼ਨ ਜਿਹੜਾ ਅਸੀਂ ਉਹ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਤੇ ਕਮੈਂਟ ਵਗੈਰਾ ਕਰਦੇ ਰਹਾ ਕਰੋ ਤਾਕੀ ਪਤਾ ਲੱਗੇ ਕਿ ਕੀ ਕਮੀਆਂ ਨੇ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਨੇ ਤੇ ਅੱਜ ਜਿਹੜਾ ਅਸੀਂ ਇਹ ਸੀਰੀਜ਼ ਕਰ ਰਹੇ ਹਾਂ ਇਹਦੇ ਦੋ ਪੋਰਸ਼ਨ ਨੇ ਇੱਕ ਤਾਂ ਜਦੋਂ ਨੰਬਰ ਆਫ ਆਈਟਮਸ ਨੇ ਜਿਹੜੀਆਂ ਆਡ ਹੋਣ ਦੂਸਰਾ ਨੰਬਰ ਆਫ ਆਈਟਮਸ ਨੇ ਜਿਹੜੀਆਂ ਈਵਨ ਹੋਣ ਤਾਂ ਪਹਿਲਾ ਅਸੀਂ ਕਰਾਂਗੇ ਜਦੋਂ ਨੰਬਰ ਆਫ ਆਈਟਮਸ ਨੇ ਜਿਹੜੀਆਂ ਉਹ ਸੀਰੀਜ਼ ਦੇ ਵਿੱਚ ਆਡ ਹੋਣ ਤਾਂ ਐਗਜ਼ਾਮਪਲ ਦਿੱਤੀ ਹੋਈ ਆ ਤੁਹਾਨੂੰ Q1 ਤੇ Q3 ਫਾਈਂਡ ਆਊਟ ਕਰਨਾ ਹੈ ਸੋ ਤੋਂ ਪਹਿਲਾ ਸਟੈਪ ਹੈਗਾ ਕਿ ਸੀਰੀਅਲ ਵਾਈਜ਼ ਤੁਸੀਂ ਇਸ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖੋ ਤਾਂ ਇਸ ਤਰ੍ਹਾਂ ਨਾਲ ਸਾਡੀਆਂ ਜਿਹੜੀਆਂ ਆਈਟਮਸ ਨੇ 11 ਬਣਦੀਆਂ ਨੇ ਅਸੀਂ ਅਸੈਂਡਿੰਗ ਆਰਡਰ ਦੇ ਵਿੱਚ ਇਸ ਨੂੰ ਲਿਖ ਲਿਆ ਦੂਸਰੇ ਨੰਬਰ ਤੇ ਅਸੀਂ ਕੀ ਕਰਾਂਗੇ ਇਸ ਦੇ ਫਾਰਮੂਲੇ ਲਗਾਵਾਂਗੇ Q1 ਤੇ Q3 ਦੇ ਤਾਂ ਪਹਿਲਾਂ Q1 ਦਾ ਦੇਖਦੇ ਹਾਂ ਸਾਈਜ਼ ਆਫ n 1 ਓਵਰ 4th ਆਈਟਮ ਆਫ ਸੀਰੀਜ਼ ਤਾਂ Q1 ਕੀ ਹੁੰਦਾ ਇਸ ਦਾ ਹੀ ਫਾਰਮੂਲਾ ਹੈ ਤਾਂ n ਕੀ ਆ ਸਾਡੇ ਕੋਲ 11 11 1 ਓਵਰ 4th ਆਈਟਮ ਤਾਂ ਇੱਥੇ ਕੈਲਕੂਲੇਸ਼ਨ ਕੀਤੀ ਹੋਈ ਆ ਤਾਂ 12 ਓਵਰ 4 3 ਤਾਂ ਇਟ ਮੀਨਸ ਕਿ ਉਹ ਵਨ ਕੀ ਆ ਸਾਈਜ਼ ਆਫ 3rd ਆਈਟਮ ਇਨ ਦਾ ਸੀਰੀਜ਼ ਤਾਂ ਸਾਈਜ਼ ਆਫ 3rd ਆਈਟਮ ਸਾਡੇ ਕੋਲ ਕੀ ਆ 26 ਤਾਂ ਕਿਉਂ ਵਨ ਦਾ ਆਨਸਰ ਕੀਤਾ ਗਿਆ 26 ਨੈਕਸਟ Q3 ਆ ਸਾਡੇ ਕੋਲ ਇਹਦਾ ਫਾਰਮੂਲਾ ਹੈ 3 9 1 ওভার 4th ਆਈਟਮ ਆਫ ਸੀਰੀਜ਼ ਤਾਂ ਇਹਦੀ ਕੈਲਕੂਲੇਸ਼ਨ ਦੇਖ ਲੈਂਦੇ ਆ ਅਸੀਂ ਫਰਕ ਸਿਰਫ ਇੰਨਾ ਹੀ ਆ ਕਿ ਉਸ ਦੇ ਨਾਲ 3 ਨੂੰ ਮਲਟੀਪਲਾਈ ਕਰਨੀ ਆ ਅਸੀਂ ਜੋ ਵੀ q1 ਦੀ ਅਸੀਂ ਫਾਰਮੂਲਾ ਲਗਾਇਆ ਏ n 1 ওভার 4 3 ਤਾਂ ਇੱਥੇ 3 ਨਾਲ ਮਲਟੀਪਲਾਈ ਕਰਕੇ ਅਸੀਂ ਇਸ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ ਤਾਂ ਸੇਮ ਆ 12 ਤੇ 4 ਨੂੰ ਡਿਵਾਈਡ ਕਰਾਂਗੇ 3 ਆ ਜਾਏਗਾ 3 ਮਲਟੀਪਲਾਈ ਬਾ 3 9th ਆਈਟਮ ਤਾਂ 9th ਆਈਟਮ ਦੀ ਵੈਲਿਊ ਆ ਸਾਡੇ ਕੋਲ 60 ਤਾਂ ਇਸ ਨਾਲ ਇਹ ਵੈਲਿਊ ਲਿਖ ਕੇ ਅਸੀਂ Q1 ਤੇ Q3 ਕੱਢ ਲਾਂਗੇ ਜਦੋਂ ਸੀਰੀਜ਼ ਦੇ ਵਿੱਚ ਈਵਨ ਸੌਰੀ ਆਡ ਆਈਟਮਸ ਹੋਣ ਅੱਗੇ ਸਾਡੇ ਕੋਲ ਹੈਗਾ ਜਦੋਂ ਸੀਰੀਜ਼ ਦੇ ਵਿੱਚ ਈਵਨ ਆਈਟਮਸ ਹੋਣ ਤਾ ਜਿਹੜਾ ਕੁਆਰਟਾਈਲ ਆਉ ਕਿਵੇਂ ਕੱਢਾਂਗੇ ਅਸੀਂ ਤਾਂ ਸਾਡੇ ਕੋਲ ਐਗਜ਼ਾਮਪਲ ਦਿੱਤੀ ਹੋਈ ਹੈ ਐਗਜ਼ਾਮਪਲ ਦੇ ਵਿੱਚ ਸਾਨੂੰ 10 ਆਈਟਮਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਸੇਮ ਸੀਰੀਅਲ ਵਾਈਜ਼ ਲਿਖਣਾ ਹੈ ਤੇ ਇਧਰਲੀ ਸਾਈਡ ਜਿਹੜਾ ਇਹ ਵੇਜਿਸ ਨੇ ਜਿਵੇਂ ਤੁਹਾਨੂੰ ਦਿੱਤੀਆਂ ਹੋਈਆਂ ਤਾਂ ਇਹਨਾਂ ਨੂੰ ਕੀ ਆ ਅਸੈਂਡਿੰਗ ਆਰਡਰ ਦੇ ਵਿੱਚ ਲਿਖਣਾ ਹੈ ਤਾਂ ਸਹੀ ਫਾਰਮੂਲਾ ਕਿਉਂ ਆਉਂਦਾ ਸਾਈਜ਼ ਆਫ n 1 ওভার 4th ਆਈਟਮ ਤਾਂ ਇੱਥੇ ਸਾਡੇ ਕੋਲ ਸਾਈਜ਼ ਕੀ ਆ 10 ਸੌਰੀ ਨੰਬਰ ਕੀ ਆ 10 ਫਾਰਮੂਲੇ ਚ 1 ওভার 4 ਤਾਂ ਇਹ ਪੂਰਾ ਕੱਟਦਾ ਨਹੀਂ ਇਸ ਲਈ ਪੁਆਇੰਟਾਂ ਚ ਆਏਗਾ ਤਾਂ ਅਸੀਂ ਇੱਥੇ ਕਨਫਿਊਜ਼ ਹੋਵੋਗੇ ਤੁਸੀਂ ਕਿ ਇੱਥੇ ਸੈਕਿੰਡ ਦੇਖੀਏ ਕਿ ਥਰਡ ਦੇਖੀਏ ਕਿਉਂਕਿ 3rd ਦੇ ਨੀਅਰਸਟ ਜਿਆਦਾ ਹੈ 2nd ਤੋਂ 3rd ਦੇ ਵਿੱਚ ਹੈ ਜਿਹੜੀ ਹਾਫ ਆ ਜਿਹੜੀ 2.50 ਹੋਊਗੀ ਪਰ ਇਹ ਕਿ 7.5 ਤਾਂ ਹੁਣ ਅਸੀਂ ਕੀ ਕਰਾਂਗੇ ਫਾਰਮੂਲੇ ਦੇ ਵਿੱਚ ਥੋੜੀ ਚੇਂਜ ਲੈ ਕੇ ਆਵਾਂਗੇ ਸਾਈਜ਼ ਆਫ 2nd ਆਈਟਮ 3/4 ਸਾਈਜ਼ ਆਫ 3rd ਆਈਟਮ ਸਾਈਜ਼ ਆਫ 2nd ਆਈਟਮ ਤਾਂ ਸਾਡੇ ਕੋਲ ਸਾਈਜ਼ ਆਫ 2nd ਆਈਟਮ ਕੀ ਆ 150 ਤੇ 3rd ਆਈਟਮ ਦਾ ਸਾਈਜ਼ ਕੀ ਆ 170 ਤਾਂ ਇਹਨਾਂ ਦੋਨੋਂ ਨੂੰ ਲੈ ਕੇ ਕੈਲਕੂਲੇਸ਼ਨ ਕਰਨੀ ਆ ਸੀ ਤਾਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰਨੀਆਂ ਨੇ 150 3 4 170 150 ਤੇ ਜਦੋਂ ਵੀ ਫਾਰਮੂਲਾ ਲਗਾਉਣਾ ਹੈ ਤੁਸੀਂ ਇੱਥੇ ਜੋ ਵੀ ਤੁਹਾਡਾ ਹਾਲ ਜਿਹੜਾ ਆ ਰਹੀ ਹੈ ਵੈਲਿਊ ਉਹਦੇ ਉੱਪਰ ਲਾ ਇੱਕ ਆਈਟਮ ਤੇ ਸੇਮ ਆਈਟਮ ਮਾਈਨਸ ਕਰਕੇ ਤੇ ਇਸ ਤਰ੍ਹਾਂ ਤੁਸੀਂ ਵੈਲਿਊਜ਼ ਪੁੱਟ ਕਰਕੇ ਕਰ ਸਕਦੇ ਹੋ ਤੇ ਇੱਥੇ 20 ਆ ਗਿਆ ਤੇ 4 5 20 ਅਤੇ 5 ਨਾ ਕੱਟਣ ਤੋਂ ਬਾਅਦ 15 ਤੇ 150 15 165 ਤਾਂ ਕਿ ਉਹ 1 ਦੀ ਕੀਮਤ ਆ ਗਈ 165 ਇਸੇ ਤਰ੍ਹਾਂ ਕਿ ਉਹ 3 ਕੱਢਣਾ ਹੈ ਤਾਂ ਪਹਿਲਾਂ ਸੇਮ ਫਾਰਮੂਲਾ ਲਗਾਵਾਂਗੇ ਅਸੀਂ 3 10 1 4 इजिकल टू एट पॉइंट टू फाइव आइटम इट मीनज ना एट ना नाइन तो एट देस्ट आ सइज़ ऑफ एटथ आइटम प्लस वन ओवर फोर तो हूँ इतने असी थ्री ओवर फोर लगाया से क्योंकि यह तीन हिस्से मतलब कि तीन हिस्से कवर करती सीरीज जिमें सैवनटी फाइव आ ना सैवन फाइव आता तीन हिस्से कवर कर दी सी थ्री ओवर फोर ए वन हिस्सा कवर कर दी इसलिए वन ओवर फोर ਸਾਈਜ਼ ਆਫ 9th ਮਾਈਨਸ 8th ਆਈਟਮ ਤਾਂ ਇਹ ਸੀਰੀਜ਼ ਦੇ ਵਿੱਚ ਦੇਖਣਾ ਹੈ ਤੁਸੀਂ 8th ਤੇ 9th ਆਈਟਮ ਦਾ ਜਿਹੜਾ ਵੀ ਹੈਗਾ ਇਹ ਸਾਈਜ਼ ਇਸ ਤੋਂ ਬਾਅਦ ਦੀਆਂ ਵੈਲਿਊਜ਼ ਪੁੱਟ ਕਰ ਕਰਕੇ 192 ਪਲੱਸ 1 ਓਵਰ 4 ਇੰਟੂ 200 ਮਾਈਨਸ ਤਾਂ ਇਸ ਤਰ੍ਹਾਂ ਨਾਲ ਜਿਹੜਾ ਕੈਲਕੂਲੇਸ਼ਨ ਕਰਨ ਤੋਂ ਬਾਅਦ ਸਾਡੇ ਕੋਲ 192 2 ਦੀ ਵੈਲਿਊ ਆ ਜੂਗੀ 194 ਆ ਜਿਹੜਾ ਉਹ ਆਨਸਰ ਆ ਜੀਗਾ ਤਾਂ ਤੁਹਾਨੂੰ ਮੇਰੇ ਖਿਆਲ ਚ ਸਮਝ ਲੱਗ ਗਈ ਹੋਣਾ ਕਿ ਇੱਥੇ 1/4 ਤੇ ਇੱਥੇ 3/4 ਕਿਉਂ ਲਗਾਇਆ ਹੋਇਆ ਹੈ ਤਾਂ ਇਹ ਹੀ ਥੋੜੀ ਜਿਹੀ ਚੇਂਜ ਆ ਇਹਦੇ ਵਿੱਚ ਫਾਰਮੂਲੇ ਦੇ ਵਿੱਚ ਈਵਨ ਤੇ ਆਡਸ ਜਿਹੜਾ ਇਹ ਨੰਬਰ ਹੋਣ ਜਦੋਂ ਤਾਂ ਇਹ ਸੀਗਾ ਤੁਹਾਡਾ ਈਵਨ ਸੀਰੀਜ਼ ਵਾਲਾ ਤੇ ਆਡ ਸੀਰੀਜ਼ ਵਾਲਾ ਇੰਡੀਵਿਜੁਅਲ ਸੀਰੀਜ਼ ਦੇ ਵਿੱਚ ਅੱਜ ਦੀ ਵੀਡੀਓ ਇੰਨੀ ਅਗਲੇ ਟਾਈਪ ਦੇ ਨਾਲ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਤੁਹਾਡੀ ਆਪਣੀ ਉਹ ਆ ਕਿ ਤੁਹਾਨੂੰ ਕਿੰਨਾ ਸਮਾਂ ਲੱਗਦਾ ਹੈ ਤਾਂ ਮੇਰਾ ਹੀ ਐਫਰਟ ਸੇ ਹੀ ਰਹਣਗੇ ਕਿ ਤੁਹਾਨੂੰ ਵਾਦੂ-ਵਾਦ ਸਮਝਾਉਣ ਦੀ ਸਿੰਪਲ ਲੈਂਗੁਏਜ ਦੇ ਵਿੱਚ ਕੋਸ਼ਿਸ਼ ਕਰਾਂ ਓਕੇ ਥੈਂਕਸ